140 ਕਰੋੜ ਦੇਸ਼ ਵਾਸੀਆਂ ਦੇ ਲਈ ਤੁਸੀਂ? ਬਿਲਕੁਲ ਬਿਲਕੁਲ ਜੀ, ਅਸੀਂ ਬ੍ਰੌਂਜ਼ ਮੈਡਲ ਲੈ ਕੇ ਆਉਂਦਾ ਵਾ ਕੰਟਰੀ ਦੇ ਲਈ, ਪੂਰੇ ਆਪਣੇ ਦੇਸ਼ ਦੇ ਲਈ। ਅਤੇ ਮੇਰੇ ਲਈ ਮੇਰਾ ਫਸਟ ਓਲੰਪਿਕ ਸੀਗਾ, ਅਤੇ ਫਸਟ ਓਲੰਪਿਕ ਦੇ ਵਿੱਚ ਮੈਡਲ ਜਿੱਤਣਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ। ਅਤੇ ਮੇਰੇ ਸ਼ੁਰੂ ਤੋਂ ਮੇਰਾ ਡ੍ਰੀਮ ਸੀਗਾ ਇਹ ਕਿ ਮੈਂ ਕੰਟਰੀ ਆਪਣੇ ਰਿਪ੍ਰਜੈਂਟ ਕਰਾਂ। ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਸਿਹਤਮੰਦ ਬਣ ਰਿਹਾ, ਜਿਸ ਦੇ ਚਲਦਿਆਂ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲਾ ਜਨ ਮੁਹਿੰਮ ਬਣ ਗਈ ਹੈ। ਇੱਕ ਮਿਸ ਕਾਲ ਮਾਰਨੀ ਹੈ ਤੁਸੀਂ, ਅਸੀਂ ਤੁਹਾਡੇ ਕੋਲ ਯੋਗਾ ਦਾ ਟੀਚਰ ਭੇਜਾਂਗੇ, ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ, ਔਰ ਅਸੀਂ ਫ੍ਰੀ ਦੇ ਵਿੱਚ ਉਹ ਭੇਜਾਂਗੇ। ਅਤੇ ਤੁਸੀਂ ਮਹੀਨੇ ਦੋ ਮਹੀਨੇ 'ਚ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ। ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ 'ਚ 3,000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ, ਜਿਸ 'ਚ ਰੋਜ਼ਾਨਾ 80,000 ਤੋਂ ਵੱਧ ਲੋਕ ਯੋਗ ਕਰ ਰਹੇ ਨੇ ਅਤੇ ਬਿਮਾਰੀਆਂ ਨੂੰ ਦੂਰ ਪਜਾ ਰਹੇ ਨੇ। ਮੇਰਾ ਨਾਮ ਅਨਿਲ ਸਲੂਜਾ ਹੈ, ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹਾਂ, ਜਿਹੜੀ ਸੀਐਮ ਦੀ ਯੋਗਸ਼ਾਲਾ ਇਹਨਾਂ ਨੇ ਸ਼ੁਰੂ ਕੀਤੀ ਹੈ। ਬਹੁਤ ਅੱਛਾ ਇਨੀਸ਼ੀਏਟਿਵ ਹੈ, ਇਹ ਤੁਹਾਡੀ ਸਿਹਤ ਨੂੰ ਆਪਣੇ ਤਨ ਨੂੰ ਮਨ ਨੂੰ ਸਵਸਥ ਰੱਖਣ ਲਈ ਸਭ ਤੋਂ ਗੁੱਡ ਇਨੀਸ਼ੀਏਟਿਵ ਹੈ। ਇਸ ਮੁਹਿੰਮ ਤਹਿਤ ਜਿੱਥੇ ਲੋਕ ਮਾਨਸਿਕ ਅਤੇ ਸਰੀਰਕ ਤੰਦਰੁਸਤ ਹੋ ਰਹੇ ਨੇ, ਉੱਥੇ ਹੀ ਤਜਰਬੇਕਾਰ ਟ੍ਰੇਨਰਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ। ਮੇਰਾ ਨਾਮ ਜੋਤੀ ਕੌਰ ਹੈ, ਤੇ ਮੈਨੂੰ 1.5 ਸਾਲ ਹੋ ਚੁੱਕਿਆ ਹੈ, ਮੈਂ ਹਰ ਇੱਕ ਵਰਗ ਦੇ ਲੋਕਾਂ ਨੂੰ ਯੋਗਾ ਸਿਖਾ ਰਹੀ ਹਾਂ। ਅਸਥਮਾ ਦੀ ਪ੍ਰੋਬਲਮ, ਸਰਵਾਈਕਲ ਦੀ ਪ੍ਰੋਬਲਮ, ਮੋਟਾਪੇ ਦੀ ਪ੍ਰੋਬਲਮ ਸੀ, ਸ਼ੂਗਰ ਦੀ ਪ੍ਰੋਬਲਮ ਸੀ, ਬੀਪੀ 2.5 ਹੁੰਦਾ ਸੀ, ਉਹਨਾਂ ਦੀ ਕਾਫੀ ਬਿਮਾਰੀਆਂ ਦੂਰ ਹੋਈਆਂ। ਦੇ ਵਿੱਚ ਮੈਂ ਮੈਡਲ ਲੈ ਕੇ ਆਵਾਂ। ਜਿਹੜਾ ਸਵਾਗਤ ਦਿੱਲੀ ਹੋਇਆ ਜਾਂ ਇੱਥੇ ਹੋਇਆ, ਕੀ ਕਹਿਣਾ? ਬਹੁਤ ਵਧੀਆ ਲੱਗਾ ਜੀ, ਜਿਹੜਾ ਇੰਨਾ ਸਾਨੂੰ ਮਾਣ ਦਿੱਤਾ ਵਾ ਦਿੱਲੀ ਗਵਰਨਮੈਂਟ ਨੇ ਵੀ, ਉੱਥੇ ਵੀ ਸਾਨੂੰ ਸਾਡਾ ਸਵਾਗਤ ਕੀਤਾ ਸਾਰੀ ਹਾਕੀ ਟੀਮ ਦਾ। ਅਤੇ ਅੱਜ ਅਸੀਂ ਅੰਮ੍ਰਿਤਸਰ ਪਹੁੰਚੇ ਹਾਂ ਅਤੇ ਇੱਥੇ ਵੀ ਸਾਨੂੰ ਬਹੁਤ ਵਧੀਆ ਸਾਡਾ ਸਵਾਗਤ ਕੀਤਾ, ਬਹੁਤ ਖੁਸ਼ੀ ਵਾਲੀ ਗੱਲ ਹੈ। ਮਿਲਨ ਸਾਹਿਬ ਨੇ ਮਾਤਾ ਜੀ ਦੇ ਨਾਲ ਕੀ ਕਹਿਣਾ ਚਾਹੁੰਦੇ ਮਾਤਾ ਜੀ? ਹਾਂਜੀ, ਬਹੁਤ ਖੁਸ਼ੀ ਹੈ ਸਾਨੂੰ ਵੀ ਇੱਦਾਂ ਸਾਰੇ ਬੱਚੇ ਜਿੱਤ ਕੇ ਆਉਣ, ਸੁਖਜੀਤ ਵਾਂਗੂ, ਮਨਪ੍ਰੀਤ ਵਾਂਗੂ, ਸਾਰੇ ਮਹਾਰਾਜ ਦੀ ਕਿਰਪਾ ਨਾਲ ਬੱਚੇ ਜਿੱਤਦੇ ਰਹਿਣ। ਹਾਂਜੀ, ਹਾਂਜੀ, ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਕਿ ਬੇਟੇ ਨੇ ਦੇਸ਼ ਦੀ ਝੋਲੀ ਦੇ ਵਿੱਚ, ਸੁਖਜੀਤ ਸਿੰਘ ਨੇ ਦੇਸ਼ ਦੀ ਝੋਲੀ ਦੇ ਵਿੱਚ ਮੈਡਲ ਪਾ ਕੇ ਜਦੋਂ ਅੱਜ ਮੇਰੇ ਗਲ ਦੇ ਵਿੱਚ ਮੈਡਲ ਪਾਇਆ ਤਾਂ ਮੇਰੇ ਰੋਮ ਰੋਮ ਮੇਰਾ ਮਰੇ ਖੁਸ਼ ਹੋ ਗਿਆ ਵਾ। ਅਤੇ ਬਹੁਤ ਵਧੀਆ ਸਵਾਗਤ ਹੈ ਜੀ, ਪੰਜਾਬ ਸਰਕਾਰ ਦੇ ਨੁਮਾਇੰਦੇ ਜਿਹੜੇ ਆ ਮੰਤਰੀ ਸਾਹਿਬ ਆਏ ਨੇ ਅਤੇ ਬਹੁਤ ਵਧੀਆ, ਮਤਲਬ ਕਿ ਬਸ ਮੇਰੀ ਹੁਣ ਇਹੋ ਹੀ ਇੱਕ ਮਤਲਬ ਕਿ ਸਾਨੂੰ ਮਾਣ ਆ, ਮਤਲਬ ਕਿ ਮਾਨਯੋਗ ਸੀਐਮ ਸਾਹਿਬ ਤੇ। 140 ਕਰੋੜ ਦੇਸ਼ ਵਾਸੀਆਂ ਦੇ ਲਈ ਤੁਸੀਂ? ਬਿਲਕੁਲ ਬਿਲਕੁਲ ਜੀ, ਅਸੀਂ ਬ੍ਰੌਂਜ਼ ਮੈਡਲ ਲੈ ਕੇ ਆਉਂਦਾ ਵਾ ਕੰਟਰੀ ਦੇ ਲਈ, ਪੂਰੇ ਆਪਣੇ ਦੇਸ਼ ਦੇ ਲਈ। ਅਤੇ ਮੇਰੇ ਲਈ ਮੇਰਾ ਫਸਟ ਓਲੰਪਿਕ ਸੀਗਾ, ਅਤੇ ਫਸਟ ਓਲੰਪਿਕ ਦੇ ਵਿੱਚ ਮੈਡਲ ਜਿੱਤਣਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ। ਅਤੇ ਮੇਰੇ ਸ਼ੁਰੂ ਤੋਂ ਮੇਰਾ ਡ੍ਰੀਮ ਸੀਗਾ ਇਹ ਕਿ ਮੈਂ ਕੰਟਰੀ ਆਪਣੇ ਰਿਪ੍ਰਜੈਂਟ ਕਰਾਂ ਔਰ ਓਲੰਪਿਕ ਦੇ ਵਿੱਚ ਮੈਂ ਮੈਡਲ ਲੈ ਕੇ ਆਵਾਂ। ਜਿਹੜਾ ਸਵਾਗਤ ਦਿੱਲੀ ਹੋਇਆ ਜਾਂ ਇੱਥੇ ਹੋਇਆ, ਕੀ ਕਹਿਣਾ? ਬਹੁਤ ਵਧੀਆ ਲੱਗਾ ਜੀ, ਜਿਹੜਾ ਇੰਨਾ ਸਾਨੂੰ ਮਾਣ ਦਿੱਤਾ ਵਾ ਦਿੱਲੀ ਗਵਰਨਮੈਂਟ ਨੇ ਵੀ, ਉੱਥੇ ਵੀ ਸਾਨੂੰ ਸਾਡਾ ਸਵਾਗਤ ਕੀਤਾ ਸਾਰੀ ਹਾਕੀ ਟੀਮ ਦਾ। ਅਤੇ ਅੱਜ ਅਸੀਂ ਅੰਮ੍ਰਿਤਸਰ ਪਹੁੰਚੇ ਹਾਂ ਅਤੇ ਇੱਥੇ ਵੀ ਸਾਨੂੰ ਬਹੁਤ ਵਧੀਆ ਸਾਡਾ ਸਵਾਗਤ ਕੀਤਾ, ਬਹੁਤ ਖੁਸ਼ੀ ਵਾਲੀ ਗੱਲ ਹੈ। ਮਿਲਨ ਸਾਹਿਬ ਨੇ ਮਾਤਾ ਜੀ ਦੇ ਨਾਲ ਕੀ ਕਹਿਣਾ ਚਾਹੁੰਦੇ ਮਾਤਾ ਜੀ? ਹਾਂਜੀ, ਬਹੁਤ ਖੁਸ਼ੀ ਹੈ ਸਾਨੂੰ ਵੀ ਇੱਦਾਂ ਸਾਰੇ ਬੱਚੇ ਜਿੱਤ ਕੇ ਆਉਣ, ਸੁਖਜੀਤ ਵਾਂਗੂ, ਮਨਪ੍ਰੀਤ ਵਾਂਗੂ, ਸਾਰੇ ਮਹਾਰਾਜ ਦੀ ਕਿਰਪਾ ਨਾਲ ਬੱਚੇ ਜਿੱਤਦੇ ਰਹਿਣ। ਹਾਂਜੀ, ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਕਿ ਬੇਟੇ ਨੇ
ਦੇਸ਼ ਦੀ ਝੋਲੀ ਦੇ ਵਿੱਚ ਸੁਖਜੀਤ ਸਿੰਘ ਨੇ ਦੇਸ਼ ਦੀ ਝੋਲੀ ਦੇ ਵਿੱਚ ਮੈਡਲ ਪਾ ਕੇ ਜਦੋਂ ਅੱਜ ਮੇਰੇ ਗਲ ਦੇ ਵਿੱਚ ਮੈਡਲ ਪਾਇਆ ਤਾਂ ਮੇਰੇ ਰੋਮ ਰੋਮ ਮੇਰਾ ਮਰੇ ਖੁਸ਼ ਹੋ ਗਿਆ ਵਾ। ਅਤੇ ਬਹੁਤ ਵਧੀਆ ਸਵਾਗਤ ਹੈ ਜੀ, ਪੰਜਾਬ ਸਰਕਾਰ ਦੇ ਨੁਮਾਇੰਦੇ ਜਿਹੜੇ ਆ ਮੰਤਰੀ ਸਾਹਿਬ ਆਏ ਨੇ ਅਤੇ ਬਹੁਤ ਵਧੀਆ ਮਤਲਬ ਕਿ ਬਸ ਮੇਰੀ ਹੁਣ ਇਹੋ ਹੀ ਇੱਕ ਮਤਲਬ ਕਿ ਸਾਨੂੰ ਮਾਣ ਆ ਮਤਲਬ ਕਿ ਮਾਨਯੋਗ ਸੀਐਮ ਸਾਹਿਬ ਤੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।